ਸਤਿ ਸ੍ਰੀ ਅਕਾਲ ਜੀ ਹਮਦਰ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਖਾਸ ਮੁਲਾਕਾਤ ਵਿੱਚ ਮੈਂ ਹਾਂ ਤਰਨਜੀਤ ਕੌਰ ਖੁੰਮਣ ਸਾਰੇ ਜਾਣਦੇ ਨੇ ਕਿ 20 ਸਤੰਬਰ 2021 ਨੂੰ ਕੈਨੇਡਾ ਵਿੱਚ ਫੈਡਰਲ ਇਲੈਕਸ਼ਨਸ ਹੋਣ ਜਾ ਰਹੀਆਂ ਨੇ ਅਜਿਹੇ ਵਿੱਚ ਬਹੁਤ ਸਾਰੇ ਮੁੱਦੇ ਨੇ ਜਿਹੜੇ ਕਿ ਵਿਚਾਰਨ ਵਾਲੇ ਨੇ ਸੋ ਤੁਹਾਡੇ ਉਮੀਦਵਾਰਾਂ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ ਜਿਹੜੇ ਅਲੱਗ-ਅਲੱਗ ਹਲਕਿਆਂ ਤੋਂ ਇਸ ਵਕਤ ਉਮੀਦਵਾਰ ਖੜੇ ਹੋਏ ਨੇ ਅਲੱਗ-ਅਲੱਗ ਪਾਰਟੀ ਦੇ ਉਮੀਦਵਾਰਾਂ ਨਾਲ ਅਸੀਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਹਾਂ ਕਿ ਕੀ ਉਹਨਾਂ ਦੇ ਏਜੰਡਾਸ ਨੇ ਹੁਣ ਅੱਜ ਅਸੀਂ ਗੱਲਬਾਤ ਕਰਾਂਗੇ ਜਿਹੜੇ ਸਾਡੇ ਇੱਥੇ ਮੌਜੂਦਾ ਐਮਪੀਸ ਨੇ ਕਿ ਇਸ ਵਕਤ ਫੈਡਰਲ ਸਰਕਾਰ ਦੀ ਗੱਲ ਕਰੀਏ ਕੈਨੇਡਾ ਦੀ ਲਿਬਰਲ ਸਰਕਾਰ ਨੇ ਪਿਛਲੇ 6 ਸਾਲ ਤੋਂ ਕੈਨੇਡਾ ਦੀ ਸੱਤਾ ਨੂੰ ਸੰਭਾਲਿਆ ਪਿਛਲੇ 6 ਸਾਲ ਵਿੱਚ ਉਹਨਾਂ ਨੇ ਕੈਨੇਡੀਅਨਸ ਦੇ ਲਈ ਕੀ ਕੀਤਾ ਪੈਂਡੈਮਿਕ ਦੇ ਦੌਰਾਨ ਉਹਨਾਂ ਨੇ ਇਸ ਵਕਤ ਕੈਨੇਡੀਅਨਸ ਦੀ ਮਦਦ ਲਈ ਕੀ ਕੀਤਾ ਤੇ ਆਉਣ ਵਾਲੀਆਂ ਇਲੈਕਸ਼ਨਸ ਤੋਂ ਬਾਅਦ ਕੈਨੇਡੀਅਨਸ ਦੀਆਂ ਬਹੁਤ ਜ਼ਿਆਦਾ ਉਮੀਦਾਂ ਵੱਧ ਚੁੱਕੀਆਂ ਨੇ ਇਸ ਵਕਤ ਆਰਥਿਕਤਾ ਦੀ ਗੱਲ ਕਰੀਏ ਬਹੁਤ ਸਾਰਾ ਬੋਝ ਪੈ ਚੁੱਕਿਆ ਲੋਕਾਂ ਦੀਆਂ ਨੌਕਰੀਆਂ ਜਾ ਚੁੱਕੀਆਂ ਨੇ ਬਹੁਤ ਸਾਰੇ ਬਿਜ਼ਨੈਸਸ ਠੱਪ ਹੋ ਚੁੱਕੇ ਨੇ ਵਾਪਸ ਤੋਂ ਮੁੜ ਤੋਂ ਕੈਨੇਡਾ ਦੀ ਪਟਰੀ ਨੂੰ ਲਿਆਉਣ ਲਈ ਇਸ ਵਕਤ ਕੀ ਕੀਤਾ ਜਾ ਰਿਹਾ ਇਹਨਾਂ ਸਾਰੇ ਮੁੱਦਿਆਂ ਉੱਤੇ ਗੱਲਬਾਤ ਕਰਾਂਗੇ ਅੱਜ ਸਾਡੇ ਨਾਲ ਜੁੜ ਚੁੱਕੇ ਨੇ ਜੀ ਬ੍ਰੈਂਪਟਨ ਵੈਸਟ ਤੋਂ ਲਿਬਰਲ ਉਮੀਦਵਾਰ ਕਮਲ ਖਹਿਰਾ ਜੀ ਸਵਾਗਤ ਹੈ ਮੈਮ ਥੈਂਕ ਯੂ ਜੀ ਤੇ ਮੇਰੇ ਵੱਲ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਬਿਲਕੁਲ ਠੀਕ ਜੀ ਥੈਂਕ ਯੂ ਸੋ ਪੈਂਡੈਮਿਕ ਦੇ ਲੰਬੇ ਅਰਸੇ ਤੋਂ ਬਾਅਦ ਹੁਣ ਇਲੈਕਸ਼ਨਸ ਦਾ ਵੀ ਐਲਾਨ ਹੋ ਚੁੱਕਿਆ ਆ ਤੇ ਸਭ ਤੋਂ ਪਹਿਲਾਂ ਇਹ ਜਾਣਨਾ ਚਾਹਾਂਗੇ ਕਿ 2020 ਤੋਂ ਬਾਅਦ ਅਸੀਂ ਸਾਰੇ ਵਾਪਸ ਮੁੜ ਰਹੇ ਹਾਂ ਇਸ ਵਕਤ ਪਟਰੀ ਤੇ ਅਸੀਂ ਵਾਪਸ ਆ ਰਹੇ ਹਾਂ ਸੋ ਇਲੈਕਸ਼ਨਸ ਦਾ ਐਲਾਨ ਜਿਵੇਂ ਹੀ ਹੋਇਆ ਤਾਂ ਬਹੁਤ ਸਾਰੇ ਲੋਕ ਇਹ ਸੋਚ ਰਹੇ ਸੀ ਕਿ ਇਸ ਵਕਤ ਇਲੈਕਸ਼ਨਸ ਕਿਉਂ ਕਰਵਾਈਆਂ ਗਈਆਂ ਸੋ ਕੀ ਪ੍ਰੋਬਲਮਸ ਆ ਰਹੀਆਂ ਸੀ ਲਿਬਰਲ ਪਾਰਟੀ ਨੂੰ ਮੈਜੋਰਟੀ ਕੀ ਮੈਜੋਰਟੀ ਜ਼ਰੂਰੀ ਸੀ ਮਾਈਨੋਰਟੀ ਗਵਰਨਮੈਂਟ ਉਸ ਤਰੀਕੇ ਨਾਲ ਕੰਮ ਨਹੀਂ ਕਰ ਪਾ ਰਹੀ ਸੀ ਕੀ ਕਾਰਨ ਸੀ ਕਿ ਇਲੈਕਸ਼ਨਸ ਇੰਨੀ ਛੇਤੀ ਅਨਾਊਂਸ ਕਰਨੀਆਂ ਪਈਆਂ ਬਿਲਕੁਲ ਜੀ ਜਿਵੇਂ ਤੁਸੀਂ ਆਪ ਹੀ ਕਿਹਾ ਹੈਗਾ ਆ ਜਿਵੇਂ ਆਹ ਵਾਂਸ ਇਨ ਅ ਲਾਈਫ ਟਾਈਮ ਹੋਪਫੁਲੀ ਵਾਂਸ ਇਨ ਅ ਲਾਈਫ ਟਾਈਮ ਪੈਂਡੈਮਿਕ ਹੈਗਾ ਆ ਕੋਵਿਡ-19 ਦਾ ਤੇ ਆਈ ਥਿੰਕ ਸਾਡੀ ਕੰਟਰੀ ਪੂਰਾ ਵਰਲਡ ਐਕਚੁਅਲੀ ਅਰਾਊਂਡ ਦ ਵਰਲਡ ਸਫਰ ਕੀਤਾ ਹੈਗਾ ਐਂਡ ਆਈ ਨੋ ਸਪੈਸ਼ਲੀ ਬ੍ਰੈਂਪਟਨ ਦੇ ਲੋਕਾਂ ਨੇ ਵਨ ਆਫ ਦ ਹਾਰਡੈਸਟ ਹਿਟ ਕਮਿਊਨਿਟੀਜ਼ ਜਿਹੜੀ ਰਹੀ ਹੈਗੀ ਆ ਇਟਸ ਬੀਨ ਸੋ ਚੈਲੰਜਿੰਗ ਫਾਰ ਐਵਰੀਵਨ ਤੇ ਆਈ ਥਿੰਕ every step of the way you know liberal sarkar day one to leke hun tak has supported canadians tusi je dekh lo apne workers to leke families tak apne small businesses to leke students tak seniors tak ਇੱਕ ਵੀ ਅਸੀਂ ਕਮਿਊਨਿਟੀ ਨਹੀਂ ਛੱਡੀ ਔਰ ਇਕਨੋਮੀ ਦਾ ਉਹ ਫਰੇਮ ਨਹੀਂ ਛੱਡਿਆ ਜਿਹਨੂੰ ਆਪਾਂ ਨਹੀਂ ਸਪੋਰਟ ਕੀਤਾ ਬਿਕਾਜ਼ ਆਪਾਂ ਜਾਣਦੇ ਸੀਗੇ ਆਹ ਕੋਵਿਡ ਦੇ ਦੌਰਾਨ ਵੀ ਨੀਡ ਟੂ ਸਪੋਰਟ ਐਵਰੀ ਸਿੰਗਲ ਪਰਸਨ ਵੀਵ ਹੈਡ ਕੈਨੇਡੀਅਨਸ ਬੈਕ ਐਵਰੀ ਸਟੈਪ ਆਫ ਦ ਵੇ ਤੇ ਜਦ ਹੁਣ ਅਸੀਂ ਰਿਕਵਰ ਕਰ ਰਹੇ ਹੈਗੇ ਹਾਂ ਬਿਕਾਜ਼ ਵੀ ਹੈਵ ਦ ਲਾਰਜੈਸਟ ਵੈਕਸੀਨ ਪ੍ਰੋਕਿਓਰਮੈਂਟ ਜਿਹੜੀ ਅਸੀਂ ਕੈਨੇਡਾ 'ਚ ਲੈ ਕੇ ਆਏ ਜਿਹਦੇ ਕਰਕੇ ਹੁਣ ਨਾਓ ਕੈਨੇਡਾ ਇਜ਼ ਵਨ ਆਫ ਦ ਵਰਲਡਸ ਮੋਸਟ ਵੈਕਸੀਨੇਟਡ ਕੰਟਰੀਜ਼ ਇਨ ਦ ਵਰਲਡ ਰਾਈਟ ਜੀ ਤੇ ਹੁਣ ਜਿਵੇਂ ਅਸਾਂ ਉਹਦੇ ਤੋਂ ਕੋਵਿਡ ਤੋਂ ਨਿਕਲ ਰਹੇ ਹੈਗੇ ਹਾਂ ਆਈ ਥਿੰਕ ਕੈਨੇਡੀਅਨ need to say ke oh ke hiji sarkar chahunde ne ke hiji sarkar chahunde ne to move better to move forward te apa kime recover karna hai gaya so this is the reason I think Canadians need to have that say ke next few years ke hiji hone chahide hai gaya te sada record speaks for itself jive main pehla kya hai ga jehda assi kam kita hai ga Canadians de layi pandemic to duran throughout the pandemic oh assi chahunde ke assi hor vi ਕੈਨੇਡੀਅਨਸ ਲਈ ਕੰਮ ਕਰਦੇ ਰਹੀਏ 2019 ਦੀ ਇਲੈਕਸ਼ਨਸ ਦੇ ਵਿੱਚ ਤੁਹਾਨੂੰ ਜਦੋਂ ਜਿੱਤ ਮਿਲੀ ਸੀ ਤਾਂ ਤੁਹਾਡੇ ਪਿਛਲੇ ਕੰਮ ਨੂੰ ਦੇਖ ਕੇ ਲੋਕਾਂ ਨੇ ਤੁਹਾਨੂੰ ਵੋਟਸ ਪਾਈਆਂ ਸੀ ਹੁਣ ਦੀ ਗੱਲ ਕਰੀਏ 2 ਸਾਲ ਦਾ ਲਗਭਗ ਤਕਰੀਬਨ ਸਮਾਂ ਰਿਹਾ ਜਿਹੜਾ ਕਿ ਮੋਸਟਲੀ ਪੈਂਡੈਮਿਕ ਦੇ ਵਿੱਚ ਹੀ ਕਵਰ ਰਿਹਾ ਅਜਿਹੇ ਵਿੱਚ ਲੋਕਾਂ ਲਈ ਤੁਸੀਂ ਖਾਸ ਤੌਰ ਤੇ ਕੈਨੇਡੀਅਨਸ ਲਈ ਹੁਣ ਕੀ ਲੈ ਕੇ ਆਏ ਹੋ ਜਿਹਦੇ ਨਾਲ ਉਹ ਲਿਬਰਲ ਪਾਰਟੀ ਨੂੰ ਵੋਟ ਪਾਉਣ ਬਿਲਕੁਲ ਜੀ ਜਿਵੇਂ ਮੈਂ ਹੁਣੇ ਦੱਸਿਆ ਹੈਗਾ ਆ ਯੂ ਨੋ ਦਸਾਂ ਵਿੱਚੋਂ $8 ਯੂ ਨੋ 80% ਆਫ ਜਿੰਨਾ ਵੀ ਕੋਵਿਡ ਪੈਂਡੈਮਿਕ 'ਚ ਸਪੈਂਟ ਹੋਇਆ ਹੈਗਾ ਉਹ ਲਿਬਰਲ ਫੈਡਰਲ ਲਿਬਰਲ ਸਰਕਾਰ ਦੇ ਦੌਰਾਨ ਹੋਇਆ ਹੈਗਾ ਆ ਜਾਂ ਤੁਸੀਂ ਹੈਲਥ ਦੇ ਬਾਰੇ ਦੱਸ ਲਓ ਜਾਂ ਤੁਸੀਂ ਮਿਊਨਿਸਪੈਲਿਟੀਜ਼ ਨੂੰ ਜੋ ਸਪੋਰਟ ਮਿਲਿਆ ਹੈਗਾ ਆ ਜਾਂ ਜਿਹੜੇ ਕਿ ਆਪਣੇ ਜਿਵੇਂ CERB ਹੋ ਗਈ ਦਾ ਰੈਂਟ ਸਬਸਿਡੀਜ਼ ਹੋ ਗਈਆਂ ਵੇਜ ਸਬਸਿਡੀਜ਼ ਹੋ ਗਈਆਂ ਸੀਬਾਸ ਜਿਹੜਾ ਕਿ ਵੇਜ ਲੋਨਸ ਹੋ ਗਏ ਆਪਣੇ ਬਿਜ਼ਨਸਿਸ ਲਈ ਉਹ ਸਾਰਾ ਲਿਬਰਲ ਸਰਕਾਰ ਨੇ ਦਿੱਤਾ ਹੈਗਾ ਕਿਉਂਕਿ ਆਪਾਂ ਜਾਣਦੇ ਹੈਗੇ ਆ ਜੇ ਅਸੀਂ ਲੋਕਾਂ ਨੂੰ ਕਹਿ ਰਹੇ ਹਾਂ ਪੈਂਡੈਮਿਕ ਦੇ ਦੌਰਾਨ ਕਿ ਤੁਸੀਂ ਘਰ ਬੈਠੋ ਆਪਾਂ ਕਿਵੇਂ ਕਹਿ ਸਕਦੇ ਹਾਂ ਜੇ ਉਹਨਾਂ ਕੋਲ ਰੋਟੀ ਨਹੀਂ ਹੈਗੀ ਖਾਣ ਨੂੰ ਉੱਤੇ ਛੱਤ ਨਹੀਂ ਹੈਗੀ ਸੋ ਵੀ ਮੇਡ ਸ਼ੋਰ ਕਿ ਆਪਾਂ ਐਵਰੀ ਸਿੰਗਲ ਸਟੈਪ ਆਫ ਦ ਵੇ ਉਹ ਆਪਾਂ ਸਪੋਰਟ ਕੀਤਾ ਉਹਦੇ ਹੀ ਨਾਲ ਯੂ ਨੋ ਜਿਵੇਂ ਤੁਸੀਂ ਪਹਿਲਾਂ ਜਾਣਦੇ ਹੋ 2015 'ਚ ਜਦ ਸਾਡੀ ਸਰਕਾਰ ਬਣੀ ਸੀ ਵਨ ਆਫ ਦ ਫਰਸਟ ਥਿੰਗ ਸਾਡੀ ਸਰਕਾਰ ਨੇ ਕੀਤਾ ਸੀਗਾ ਅਸੀਂ ਲੋਅਰ ਟੈਕਸਿਸ ਕੀਤੇ ਸੀਗੇ ਮਿਡਲ ਕਲਾਸ ਲਈ ਤੇ ਨਾਲ ਹੀ ਅਸੀਂ ਇੰਟਰੋਡਿਊਸ ਕੀਤਾ ਸੀਗਾ ਕੈਨੇਡਾ ਚਾਈਲਡ ਬੈਨੀਫਿਟ ਜਿਹੜੇ ਵਿੱਚੋਂ ਦਸਾਂ ਵਿੱਚੋਂ 9 ਫੈਮਲੀਜ਼ ਬ੍ਰੈਂਪਟਨ ਦੇ ਅੰਦਰ ਆਰ ਬੈਟਰ ਆਫ ਨਾਓ ਬਿਕਾਜ਼ ਆਫ ਦੈਟ 41,000 ਫੈਮਲੀਜ਼ ਸਿਰਫ ਬ੍ਰੈਂਪਟਨ ਵੈਸਟ ਦੇ ਅੰਦਰ ਸਿਰਫ ਜਿੰਨੀਆਂ ਕਿੰਨੀਆਂ ਫੈਮਲੀ ਨੇ ਜਿਨ੍ਹਾਂ ਨੂੰ ਕੈਨੇਡਾ ਚਾਈਲਡ ਬੈਨੀਫਿਟ ਨੇ ਸਪੋਰਟ ਕੀਤਾ ਹੈਗਾ ਆ ਹੁਣ ਮੂਵਿੰਗ ਫੋਰਵਰਡ ਅਸੀਂ ਜਾਣਦੇ ਹੈਗੇ ਹਾਂ ਕਿ ਯੂ ਨੋ ਚਾਈਲਡ ਕੇਅਰ ਕਾਸਟ ਸਪੈਸ਼ਲੀ ਓਨਟੇਰੀਓ ਦੇ ਅੰਦਰ ਵਨ ਆਫ ਦ ਹਾਈਐਸਟ ਐਕਚੁਅਲੀ ਇਨ ਦ ਕੰਟਰੀ ਦੈਨ ਵੀ ਆਰ ਗੋਇੰਗ ਟੂ ਮੂਵ ਫੋਰਵਰਡ ਆਪਣੇ ਪਲਾਨ ਦੇ ਨਾਲ ਜਿਹੜਾ ਕਿ $10 a day ਚਾਈਲਡ ਕੇਅਰ ਪਲਾਨ ਹੈਗਾ ਆ
to have accessible, affordable, ਅਤੇ high quality child care spaces. ਜਿਹਦੇ ਨਾਲ ਆਪਾਂ ਜਾਣਦੇ ਹੈਗੇ ਹਾਂ ਕਿ next year ਤੱਕ 50% ਅਸੀਂ ਘਟਾ ਦਾਂਗੇ ਤੇ within 4 years we're going to have $10 a day child care for Canada. ਇਹਦੇ ਨਾਲ ਹੀ ਜਿਵੇਂ ਹੈਲਥ ਕੇਅਰ ਦੀ ਤੁਸੀਂ ਗੱਲ ਕਰੋ, ਆਪਾਂ ਬਹੁਤ ਦੇਖਿਆ ਹੈਗਾ ਪੈਂਡੈਮਿਕ ਤੋਂ ਪਹਿਲਾਂ ਵੀ ਕਾਫੀਆਂ ਇਸ਼ੂ ਸੀਗੇ, ਪਰ ਜਿਹੜੇ ਕਿ ਪੈਂਡੈਮਿਕ ਦੇ ਦੌਰਾਨ ਆਪਾਂ ਨੂੰ ਹੋਰ ਦੇਖਣ ਨੂੰ ਲਏ, ਜਿਵੇਂ ਹੁਣ ਵੇਟ ਲਿਸਟ ਸੀਗੀਆਂ, ਸਰਜਰੀਜ਼ ਦੀਆਂ, ਸਰਵਿਸਿਜ਼ ਦੀਆਂ ਉਹ ਬਹੁਤ ਵੱਧ ਗਈਆਂ ਸੀਗੀਆਂ, ਹੁਣ ਉਹ ਬੈਕਲੌਗ ਹੋ ਚੁੱਕਿਆ ਹੈਗਾ ਆ. ਸੋ ਅਸੀਂ ਹੁਣ ਜਿਹੜਾ ਸਾਡਾ ਪਲਾਨ ਹੈਗਾ, ਵਨ ਆਫ ਦ ਫਰਸਟ ਥਿੰਗ ਸਾਡੀ ਰੀਇਲੈਕਟ ਲਿਬਰਲ ਗਵਰਨਮੈਂਟ ਕਰੂਗੀ, ਉਹ ਪ੍ਰੋਵਿੰਸਿਸ ਤੇ ਟੈਰੀਟੋਰੀਜ਼ ਦੇ ਨਾਲ ਕੰਮ ਕਰਕੇ 7500 ਕੀ ਕਹਿੰਦੇ ਆ ਜੀ ਨਰਸਿਸ, ਡਾਕਟਰਸ ਅਤੇ ਨਰਸ ਪ੍ਰੈਕਟੀਸ਼ਨਰਸ ਹਾਇਰ ਕਰਨਗੀ, ਕਿਉਂਕਿ ਐਕਸੈਸਿਬਿਲਿਟੀ ਬਹੁਤ ਹੀ ਇੰਪੋਰਟੈਂਟ ਹੈਗਾ ਆ. ਆਈ ਥਿੰਕ 5 million ਕੈਨੇਡੀਅਨਸ ਨੇ ਜਿਹਨਾਂ ਕੋਲ ਹਲੇ ਫੈਮਿਲੀ ਡਾਕਟਰ ਨਹੀਂ ਹੈਗਾ. ਇਹਦੇ ਨਾਲ ਹੀ ਅਸੀਂ ਇਨਵੈਸਟ ਕਰਾਂਗੇ ਕਲੋਜ਼ ਟੂ $10 billion, ਜਿਹਦੇ ਨਾਲ ਜਿਹੜਾ ਬੈਕਲੌਗ ਹੈਗਾ ਸਰਜਰੀਜ਼ ਦਾ, ਸਰਵਿਸਿਜ਼ ਦਾ, ਉਹ ਅਸੀਂ ਘਟਾ ਸਕੀਏ. ਤੇ ਨਾਲ ਹੀ ਨਾਲ ਜਿਹੜੇ ਕਿ ਆਪਣੇ ਕਈ ਕੈਨੇਡਾ ਇੰਨਾ ਵੱਡੀ ਕੰਟਰੀ ਹੈਗੀ ਆ ਜੀ, ਕਾਫੀ ਇੰਡੀਜਨਸ ਰਿਮੋਟ ਯੂ ਨੋ ਏਰੀਆਜ਼ ਹੈਗੇ ਜਿੱਥੇ ਬਿਲਕੁਲ ਹੀ ਐਕਸੈਸ ਨਹੀਂ ਹੈਗਾ, ਉਹਨਾਂ ਲਈ ਅਸੀਂ ਹੈਲਥ ਪ੍ਰੋਫੈਸ਼ਨਲਸ ਨੂੰ ਇਨਸੈਂਟਿਵ ਦੇਵਾਂਗੇ, ਉਹਨਾਂ ਦੇ ਸਟੂਡੈਂਟ ਜਿਹੜਾ ਡੈਟ ਫੋਰਗਿਵ ਕਰਾਂਗੇ, ਜਿਹਦੇ ਨਾਲ ਉਹ ਜਗ੍ਹਾ 'ਤੇ ਜਾ ਕੇ ਪ੍ਰੈਕਟਿਸ ਕਰਨ, ਉਹ ਉਹਨਾਂ ਲਈ ਵੀ ਵਧੀਆ ਹੈਗਾ ਆ, ਬਿਕਾਜ਼ ਵੀ ਨੀਡ ਟੂ ਰਿਟੇਨ ਦੈਟ ਟੈਲੈਂਟ ਹੇਅਰ ਇਨ ਕੈਨੇਡਾ. ਤੁਸੀਂ ਟੈਲੈਂਟ ਦੀ ਗੱਲ ਕੀਤੀ ਆ, ਤਾਂ ਪਿਛਲੇ 6 ਸਾਲ ਤੋਂ ਲੈ ਕੇ ਹੁਣ ਤੱਕ ਅਸੀਂ ਦੇਖੀਏ ਤਾਂ ਬਹੁਤ ਸਾਰਾ ਕੈਨੇਡਾ ਦਾ ਟੈਲੈਂਟ ਜਿਹੜਾ ਆ ਉਹ ਬਾਹਰਲੀ ਕੰਟਰੀਜ਼ ਦੇ ਵਿੱਚ ਗਿਆ, ਡਾਕਟਰਸ ਨੂੰ ਆਪਣੇ ਹੀ ਇੱਥੇ ਬੱਚਿਆਂ ਨੂੰ ਐਡਮਿਸ਼ਨਸ ਨਹੀਂ ਮਿਲ ਪਾ ਰਹੀਆਂ ਕਾਲਜਿਸ ਦੇ ਵਿੱਚ. ਸੋ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਅਸੀਂ ਇਸ ਚੀਜ਼ ਨੂੰ ਐਕਸੈਸਿਬਲ ਬਣਾਉਣਾ ਚਾਹੁੰਦੇ ਹਾਂ, ਹੈਲਥ ਕੇਅਰ ਦੇ ਵਿੱਚ ਅਸੀਂ ਇਨਵੈਸਟਮੈਂਟ ਕਰਨਾ ਚਾਹੁੰਦੇ ਹਾਂ, ਸੋ ਡਾਕਟਰਸ ਐਂਡ ਨਰਸਿਸ, ਤੁਸੀਂ ਖੁਦ ਇਸ ਫੀਲਡ ਨਾਲ ਰੈਲੀਵੈਂਟ ਰਹੇ ਹੋ, ਪੈਂਡੈਮਿਕ ਦੌਰਾਨ ਤੁਸੀਂ ਵੀ ਅੱਗੇ ਆ ਕੇ ਇਸ ਫੀਲਡ ਦੇ ਵਿੱਚ ਕੰਮ ਕੀਤਾ ਆ, ਸੋ ਤੁਸੀਂ ਦੇਖਿਆ ਕਿ ਕਿੰਨਾ ਜ਼ਿਆਦਾ ਮੁਸ਼ਕਿਲ ਹਾਲਾਤਾਂ 'ਚੋਂ ਲੰਘਿਆ ਇਸ ਵਕਤ ਹੈਲਥ ਸੈਕਟਰ. ਸੋ ਸਾਡਾ ਟੈਲੈਂਟ ਸਾਡੇ ਤੱਕ ਹੀ ਰਹੇ ਇਸ ਲਈ ਕੀ ਕੀਤਾ ਜਾ ਰਿਹਾ, ਤਾਂ ਕਿ ਕਿਉਂਕਿ ਜਿਹੜੇ ਕੈਨੇਡੀਅਨਸ ਇਸ ਵਕਤ ਬਾਹਰ ਜਾ ਕੇ ਪੜ੍ਹ ਰਹੇ ਨੇ ਬਹੁਤ ਘੱਟ ਗਿਣਤੀ ਦੇ ਵਿੱਚ ਵਾਪਸ ਆ ਕੇ ਕੈਨੇਡਾ ਵਿੱਚ ਸਰਵਿਸ ਦੇ ਰਹੇ ਨੇ. ਬਿਲਕੁਲ ਜੀ, ਤੇ ਆਈ ਮੀਨ ਪੈਂਡੈਮਿਕ ਦੇ ਦੌਰਾਨ ਆਈ ਮੀਨ ਸਾਨੂੰ ਤਾਂ ਹਮੇਸ਼ਾ ਹੀ ਪਤਾ ਹੁੰਦਾ ਸੀਗਾ ਕਿ ਸਾਡੇ ਫਰੰਟਲਾਈਨ ਹੀਰੋ ਕੌਣ ਨੇ, ਐਵਰੀ ਸਿੰਗਲ ਸਟੈਪ ਆਫ ਦ ਵੇ ਜਿਹੜੇ ਕਿ ਆਪਣੀ ਲਾਈਫ ਰਿਸਕ ਕਰਕੇ ਯੂ ਨੋ ਸਰਵਿਸਿਜ਼ ਉਹਨਾਂ ਨੇ ਦਿੱਤੀਆਂ ਨੇ. ਪਰ ਆਈ ਥਿੰਕ ਜਿਹੜਾ ਪੈਂਡੈਮਿਕ ਨੇ ਸ਼ੋਅ ਕੀਤਾ ਹੈਗਾ ਆਪਣੇ ਡਾਕਟਰਸ, ਨਰਸਿਸ, ਹੈਲਥ ਕੇਅਰ ਪ੍ਰੋਫੈਸ਼ਨਲਸ, ਉਹਨਾਂ ਦੀ ਹੀ ਬਦੌਲਤ ਅਸੀਂ ਆਹ ਪੈਂਡੈਮਿਕ 'ਚੋਂ ਨਿਕਲ ਸਕੇ ਹੈਗੇ ਹਾਂ. ਯੂ ਨੋ ਪਹਿਲਾਂ ਜਦ ਪਤਾ ਨਹੀਂ ਸੀਗਾ ਇਹ ਪੈਂਡੈਮਿਕ ਹੈਗਾ ਕਿ ਤਾਂ ਵੀ ਉਹ ਉੱਥੇ ਸੀਗੇ. ਹੁਣ ਇਨ ਟਰਮਸ ਆਫ ਵੈਕਸੀਨੇਸ਼ਨ, ਮੈਂ ਆਪ ਖੁਦ ਕਿੰਨੀਆਂ ਨਰਸਿਸ ਦੇ ਨਾਲ ਕੰਮ ਕੀਤਾ ਹੈਗਾ ਥਰੂ ਆਊਟ ਦ ਵੈਕਸੀਨ. ਮੈਂ ਹੁਣ ਮਹੀਨੇ ਪਹਿਲਾਂ ਹੀ ਵਾਲੰਟੀਅਰ ਆਪਣਾ ਛੱਡਿਆ ਹੈਗਾ ਟੂ ਫੋਕਸ ਔਨ ਦ ਕੈਂਪੇਨ, ਬਿਕਾਜ਼ ਉਹਨਾਂ ਦੀ ਬਦੌਲਤ ਹੀ ਅਸੀਂ ਹੈਗੇ ਹਾਂ. ਐਂਡ ਆਈ ਥਿੰਕ ਵੀ ਨੀਡ ਟੂ ਹੈਵ ਦੇਅਰ ਬੈਕ. ਤਾਂ ਹੀ ਜਿਵੇਂ ਮੈਂ ਪਹਿਲਾਂ ਕਿਹਾ ਹੈਗਾ ਸਾਡੀ ਰੀਇਲੈਕਟ ਗਵਰਨਮੈਂਟ 7500 ਨਰਸਿਸ, ਡਾਕਟਰਸ ਤੇ ਨਰਸ ਪ੍ਰੈਕਟੀਸ਼ਨਰਸ ਨੂੰ ਹਾਇਰ ਕਰਨਗੀਆਂ, ਮੇਕ ਸ਼ੋਰ ਕਿ ਉਹਨਾਂ ਨੂੰ ਉੱਥੇ ਸਪੋਰਟ ਦਿੱਤੇ, ਜਿਵੇਂ ਮੈਂ ਤੁਹਾਨੂੰ ਦੱਸਿਆ ਹੈਗਾ ਕਿ ਇਨਸੈਂਟਿਵਸ ਦਿੱਤੇ ਜਾਣ, ਜਾਂ ਨਾਲ ਹੀ ਜਿਹੜੇ ਸਟੂਡੈਂਟ ਡੈਥ ਜਿਹੜੀ ਕਿ ਫੋਰਗਿਵਨੈਸ ਹੋਣ ਕਿ ਉਹ ਇੱਥੇ ਰਹਿਣ, ਪਰ ਆਲਸੋ ਹੈਵ ਐਕਸੈਸ ਅਰਾਊਂਡ ਜਿਵੇਂ ਰਿਮੋਟ ਇੰਡੀਜਨਸ ਕਮਿਊਨਿਟੀਜ਼ ਜਿਹੜੀਆਂ ਕਿ ਸਾਨੂੰ ਬਹੁਤ ਲੋੜ ਹੈਗੀ ਉਹਨਾਂ ਦੀ. ਬ੍ਰੈਮਟਨ ਵੈਸਟ ਵਿੱਚ ਹੁਣ ਤੁਸੀਂ ਵੀ ਡੋਰ ਟੂ ਡੋਰ ਸਟਾਰਟ ਹੋ ਚੁੱਕੀ ਨੇ ਜਾਂ ਨੌਕਿੰਗ, ਤੇ ਕਿਹੜੀਆਂ ਸਮੱਸਿਆਵਾਂ ਜਿਹੜੀਆਂ ਲੋਕੀ ਤੁਹਾਡੇ ਸਾਹਮਣੇ ਜ਼ਿਆਦਾਤਰ ਮੁੱਖ ਰੱਖ ਰਹੇ ਨੇ? ਇੱਕ ਇਹਦੇ ਵਿੱਚੋਂ ਜਿਵੇਂ ਬ੍ਰੈਮਟਨ ਦੇ ਵਿੱਚ ਅਸੀਂ ਗੱਲ ਕਰੀਏ, ਹਾਊਸਿੰਗ ਦਾ ਮੁੱਦਾ ਵੀ ਬਹੁਤ ਜ਼ਿਆਦਾ ਗਰਮਾਇਆ, ਨੋਟ ਓਨਲੀ ਇਨ ਬ੍ਰੈਮਟਨ ਪਰ ਪੂਰੇ ਕੈਨੇਡਾ ਦੇ ਵਿੱਚ. ਸੋ ਲਿਬਰਲ ਗਵਰਨਮੈਂਟ ਅਫੋਰਡੇਬਲ ਹਾਊਸਿੰਗ ਦੇ ਲਈ ਕੀ ਕਰ ਰਹੀ ਹੈ? ਬਿਲਕੁਲ ਜੀ, ਇਹ ਬਹੁਤ ਹੀ ਇੰਪੋਰਟੈਂਟ ਇਸ਼ੂ ਹੈਗਾ ਅਫੋਰਡੇਬਲ ਹਾਊਸਿੰਗ, ਟੂ ਇਨਸ਼ੋਰ ਦੈਟ ਦੇਅਰ ਇਜ਼ ਇਨਫ ਅਫੋਰਡੇਬਲ ਹਾਊਸਿੰਗ ਫੋਰ ਕੈਨੇਡੀਅਨਸ. ਸਾਰੇ ਚਾਹੁੰਦੇ ਆ ਕਿ ਸਾਡਾ ਘਰ ਹੋਵੇ, ਘਰ ਦੇ ਬਿਨਾਂ ਆਈ ਥਿੰਕ ਇਟਸ ਨਾਟ ਜਸਟ ਕੀ ਕਹਿੰਦੇ ਆ ਕਿ ਇੱਕ ਯੂ ਨੋ ਪ੍ਰਿਵਿਲੇਜ ਹੈਗਾ ਆ, ਇਹ ਹਿਊਮਨ ਰਾਈਟਸ ਇਸ਼ੂ ਹੈਗਾ ਟੂ ਹੈਵ ਅਫੋਰਡੇਬਲ ਹਾਊਸਿੰਗ. ਤੇ ਮੈਂ ਆਪਣੀ ਲਿਬਰਲ ਸਰਕਾਰ ਦਾ ਮੈਂ ਜਿਹੜਾ ਸਾਡਾ ਪਲਾਨ ਹੈਗਾ ਆ, ਹੁਣ ਅਸੀਂ 5 ਸਾਲਾਂ 'ਚ ਦੇਖਿਆ ਹੈਗਾ ਆ, within just last throughout the pandemic sardi sarkar ne pehla the largest investment ever made in the region of Peel for housing affordability oh Brampton ch kiti, close to $200 million jehde ki assi affordable housing units itthe banone sige, ode naal hi assi $40 million spend kita rapid housing initiative de dauran, jide naal ki assi make sure you know there's ਜੇ ਤੁਸੀਂ ਰੀਜਨ ਅਪੀਲ ਦੀ ਵੈਬਸਾਈਟ ਤੇ ਜਾ ਕੇ ਦੇਖੋ, ਰਾਈਟ, ਤੁਹਾਨੂੰ 10 ਸਾਲ ਦੀ ਵੇਟ ਹੈਗੀ ਆ ਟੂ ਗੈਟ ਅਨ ਅਫੋਰਡੇਬਲ ਹੋਮ. ਬਿਲਕੁਲ ਠੀਕ ਹੈ ਜੀ, ਇਹ ਬਿਲਕੁਲ ਅਸੀਂ ਚਾਹੁੰਦੇ ਹਾਂ ਕਿ ਇਨਫ ਸਪਲਾਈ ਹੋਏ ਜਿਹਦੇ ਨਾਲ ਅਸੀਂ $40 million ਸਪੈਂਡ ਕੀਤਾ ਹੈਗਾ ਟੂ ਬਿਲਡ ਹਾਊਸਿਸ ਸੂਨ.
ਉਹਦੇ ਨਾਲ ਹੀ ਤੁਸੀਂ ਕਵਰ ਵੀ ਕੀਤਾ ਹੋਣਾ ਪਰ ਡੇਢ ਕੁ ਮਹੀਨਾ ਪਹਿਲਾਂ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਬ੍ਰੈਂਪਟਨ ਵੈਸਟ ਆਏ ਸੀਗੇ ਜਿਨ੍ਹਾਂ ਨੇ ਜਿਹੜੀ ਕਿ ਹਾਈ ਰਾਈਜ ਬਿਲਡਿੰਗ ਬਣ ਰਹੀ ਹੈਗੀ ਆ $120 million ਅਸੀਂ ਉਹਨਾਂ 'ਚ ਦੇ ਰਹੇ ਹੈਗੇ ਹਾਂ ਜਿਹਦੇ ਬ੍ਰੈਂਪਟਨ ਵੈਸਟ ਦੇ ਅੰਦਰ 300 ਅਫੋਰਡੇਬਲ ਯੂਨਿਟਸ ਰੈਂਟਲ ਅਫੋਰਡੇਬਲ ਯੂਨਿਟਸ ਬਣਨਗੇ ਜਿਹਦੇ ਨਾਲ ਵਿਲ ਰੀਅਲੀ ਹੈਲਪ ਈਜ਼ ਦ ਸਿਚੁਏਸ਼ਨ ਅੱਜ ਹੀ ਥੋੜ੍ਹੇ ਹੀ ਦਿਨ ਪਹਿਲਾਂ ਪ੍ਰਾਈਮ ਮਿਨਿਸਟਰ ਨੇ ਸਾਡਾ ਨੈਕਸਟ ਫੇਜ਼ ਕੇ ਯੂ ਨੋ ਹਾਊ ਟੂ ਮੇਕ ਹੋਮ ਅਫੋਰਡੇਬਿਲਿਟੀ ਅ ਲਾਈਫ ਸੋਰੀ ਅ ਡ੍ਰੀਮ ਕਮ ਟਰੂ ਫੋਰ ਕੈਨੇਡੀਅਨਸ ਉਹ ਪਲਾਨ ਉਹਨਾਂ ਨੇ ਲੈ ਕੇ ਆਇਆ ਹੈਗਾ ਆ ਕਈ ਇਨੀਸ਼ੀਟਿਵਸ ਹੈਗੇ ਆ ਵਿਦ ਕਈਆਂ 'ਚ ਰੈਂਟ ਟੂ ਓਨ ਅ ਹੋਮ ਇਨੀਸ਼ੀਟਿਵ ਫਲਿਪਿੰਗ 'ਚ ਆਪਾਂ ਜਿਹੜੇ ਕਿ ਕਈ ਲੋਕ ਫਲਿਪ ਕਰਦੇ ਹੈਗੇ ਆ ਘਰ ਉਹਨੂੰ ਆਪਾਂ ਟੈਕਸ ਕਰਕੇ ਕਿਵੇਂ ਬਚਾਉਣਾ ਹੈਗਾ ਉਹਦੇ ਨਾਲ ਹੀ ਫਰਸਟ ਟਾਈਮ ਹੋਮ ਬਾਇਰਸ ਦਾ ਜਿਹੜਾ ਟੈਕਸ ਸੇਵਿੰਗਸ ਹੈਗੀ ਆ ਉਹ ਆਪਾਂ ਡਬਲ ਕੀਤੀਆਂ ਹੈਗੀਆਂ ਨੇ ਹੋਰ ਬਹੁਤ ਇਨੀਸ਼ੀਏਟਿਵਸ ਨੇ ਮੈਂ ਹੁਣੇ ਅਨਾਊਂਸਮੈਂਟ ਹੋਈ ਕਿ ਘੰਟਾ ਹੀ ਪਹਿਲਾਂ ਅਨਾਊਂਸਮੈਂਟ ਹੋਈ ਆ ਬਟ ਆਈ ਵਿਲ ਬੀ ਹੈਪੀ ਟੂ ਕਮ ਬੈਕ ਐਂਡ ਸ਼ੇਅਰ ਮੋਰ ਡੀਟੇਲਸ ਵਿਦ ਯੂ ਔਨ ਆਵਰ ਹਾਊਸਿੰਗ ਪਲਾਨ ਬਿਲਕੁਲ ਇਸ ਵਕਤ ਜਿਵੇਂ ਗਵਰਨਮੈਂਟਸ ਹਰ ਕੋਈ ਅਸੀਂ ਦੇਖ ਰਹੇ ਹਾਂ ਕਿ ਅਲੱਗ ਅਲੱਗ ਪਾਰਟੀਜ਼ ਪੂਰੀ ਆਪਣੇ ਵੱਲੋਂ ਜ਼ੋਰ ਲਗਾ ਰਹੀਆਂ ਨੇ ਕਿਤੇ ਕਿਹਾ ਜਾ ਰਿਹਾ ਕਿ ਅਸੀਂ ਫ੍ਰੀ GST ਦੇਵਾਂਗੇ ਕਿਤੇ ਕਿਹਾ ਜਾ ਰਿਹਾ ਕਿ ਅਸੀਂ 10 ਸਾਲ ਦੇ ਵਿੱਚ ਡੈਟ 'ਚ ਜਿਹੜਾ ਬਜਟ ਹੈ ਉਹਨੂੰ ਬੈਲੈਂਸ ਕੀਤਾ ਜਾਊਗਾ ਸੋ ਜਿਹੜੀ ਲਿਬਰਲ ਸਰਕਾਰ ਇਸ ਵਕਤ ਆਪਣਾ ਇਲੈਕਸ਼ਨ ਮੈਨੀਫੈਸਟੋ ਲੈ ਕੇ ਆਈ ਆ ਸੋ ਇਹਦੇ ਵਿੱਚ ਜੋ ਵਾਅਦੇ ਕੀਤੇ ਗਏ ਨੇ ਕਿ ਆਉਣ ਵਾਲੇ 5 ਸਾਲਾਂ 'ਚ ਉਹਨਾਂ ਨੂੰ ਪੂਰਾ ਵੀ ਕੀਤਾ ਜਾਏਗਾ ਜੀ ਪਹਿਲਾਂ ਤੋਂ ਲੈ ਕੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿੰਨੀ ਅਸੀਂ ਹੁਣ 6 ਸਾਲ ਹੋ ਗਏ ਸਾਨੂੰ ਸਰਕਾਰ ਬਣਾਈ ਨੂੰ ਤੇ ਜਿੰਨੇ ਅਸੀਂ ਕੰਮ ਕੀਤੇ ਹੈਗੇ ਆ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵਨ ਆਫ ਦਾ ਫਰਸਟ ਥਿੰਗ ਅਸੀਂ ਕੀਤਾ ਸੀਗਾ ਟੂ ਲੋਅਰ ਟੈਕਸਿਸ ਫੋਰ ਮਿਡਲ ਕਲਾਸ ਫੈਮਲੀਜ਼ ਜਿਨ੍ਹਾਂ ਵਿੱਚੋਂ ਮੈਨੂੰ ਪਤਾ ਬ੍ਰੈਂਪਟਨ ਵੈਸਟ ਦੇ ਅੰਦਰ ਐਟਲੀਸਟ 80% ਫੈਮਲੀਜ਼ ਨੇ ਜਿਨ੍ਹਾਂ ਨੂੰ ਉਹ ਫਾਇਦਾ ਹੋਇਆ ਹੈਗਾ ਆ ਜਿਵੇਂ ਦੱਸਿਆ ਕੈਨੇਡਾ ਚਾਈਲਡ ਬੈਨੀਫਿਟ 10ਾਂ ਵਿੱਚੋਂ 9 ਫੈਮਲੀਜ਼ ਨੇ ਉਹਦਾ ਹੁਣ ਵੀ ਉਹ ਫਾਇਦਾ ਲੈਂਦੇ ਹੈਗੇ ਆ Affordable child care is a number one issue meri Brampton West riding then there you won't believe it we are one of the youngest ridings in the country te mainu pata ke eda impact ki hoga and it's also ensure ke sanu chahiye ke you know to make sure jehdi half of the economy hai to make sure women can go back to work sare child care cost ਆਪਣੀਆਂ ਔਰਤਾਂ ਤੇ ਆਉਂਦੀਆਂ ਨੇ ਵੀ ਵਾਂਟ ਟੂ ਮੇਕ ਸ਼ੋਰ ਕਿ ਉਹ ਵੀ ਬੈਕ ਟੂ ਵਰਕ ਜਾਣ ਸਕਣ ਵਰਕ ਫੋਰਸ ਜਾਣ ਸਕਣ ਟੂ ਇਨਸ਼ੋਰ ਦੈਟ ਵੀ ਹੈਵ ਅ ਬੈਟਰ ਮੋਰ ਇਨਕਲੂਸਿਵ ਕੈਨੇਡਾ ਤਾਂ ਹੀ ਜੌਬਸ ਕ੍ਰੀਏਟ ਹੋਣਗੀਆਂ ਐਂਡ ਆਮ ਸੋ ਪ੍ਰਾਊਡ ਆਫ ਦ ਵਰਕ ਦੈਟ ਵੀ ਬੀਨ ਏਬਲ ਟੂ ਡੂ ਸੋ ਆਈ ਥਿੰਕ ਇਹ ਇਲੈਕਸ਼ਨ ਦੇ ਅੰਦਰ ਇੱਕ ਚੋਇਸ ਬਹੁਤ ਕਲੀਅਰ ਹੈਗੀ ਆ ਜਾਂ ਤੁਸੀਂ ਅੱਗੇ ਚੱਲਣਾ ਚਾਹੁੰਦੇ ਹੈਗੇ ਹੋ ਜਿੰਨਾ ਅਸੀਂ ਕੰਮ ਕੀਤਾ ਹੈਗਾ ਸਾਡਾ ਰੈਕਡ ਟੂ ਇਨਵੈਸਟ ਇਨ ਕੈਨੇਡੀਅਨਸ ਇਨਵੈਸਟ ਇਨ ਫੈਮਲੀਜ਼ ਬਜ਼ੁਰਗਾਂ ਤੋਂ ਲੈ ਕੇ ਸਟੂਡੈਂਟਸ ਤੱਕ ਵਰਕਰਸ ਤੋਂ ਲੈ ਕੇ ਜਿਵੇਂ ਮੈਂ ਸਮਾਲ ਬਿਜ਼ਨਸਿਸ ਤੱਕ ਜਾਂ ਆਪਾਂ ਬੈਕਵਰਡਸ ਜਾਣਾ ਚਾਹੁੰਦੇ ਹਾਂ ਜਿਹੜੇ ਹਾਰਪਰ ਏਰੀਆ ਦੇ ਕੱਟਸ ਆਪਾਂ ਦੇਖੇ ਹੈਗੇ ਆ ਜਾਂ ਆਪਾਂ ਜਿਹੜੇ ਕਿ ਕੱਟਸ ਦੇਖੇ ਹੈਗੇ ਜਿੰਨੇ ਤੁਸੀਂ ਕੰਜ਼ਰਵੇਟਿਵ ਪ੍ਰੀਮੀਅਰਸ ਦੇਖ ਲਓ ਥਰੂ ਆਊਟ ਅਲਬਰਟਾ ਦੇਖ ਲਓ ਇੱਥੇ ਵੀ ਆਪਾਂ ਦੇਖਿਆ ਡਗ ਫੋਰ ਦੇ ਕੱਟਸ ਹੈਲਥ ਕੇਅਰ ਦੇ ਉੱਤੇ ਔਰ ਵੀ ਵਾਂਟ ਟੂ ਗੋ ਬੈਕ ਟੂ ਦੈਟ ਆਈ ਥਿੰਕ ਸਾਡੀ ਸਰਕਾਰ ਦਾ ਰੈਕਡ ਕਲੀਅਰ ਹੈਗਾ ਆ ਵੀ ਵਿਲ ਆਲਵੇਸ ਹੈਵ ਕੈਨੇਡੀਅਨਸ ਬੈਕ ਤੇ ਮੈਂ ਆਸ ਕਰਦੀ ਹੈਗੀ ਹਾਂ ਕਿ ਤੁਸੀਂ ਸਪਟੈਂਬਰ 20th ਨੂੰ ਉਹ ਰਾਈਟ ਚੋਇਸ ਜ਼ਰੂਰ ਬਣਾਇਓ ਐਂਡ ਮੂਵ ਫਾਰਵਰਡ ਫਾਰ ਐਵਰੀਵਨ ਆਖਰੀ ਸਵਾਲ ਕੈਂਪੇਨਿੰਗ ਦੌਰਾਨ ਤੁਹਾਨੂੰ ਜਦੋਂ ਡੋਰ ਨੋਕ ਕਰਦੇ ਹੋ ਇਸ ਵਕਤ ਬਹੁਤ ਸਾਰੇ ਬੈਨੀਫਿਟਸ ਸਰਕਾਰ ਨੇ ਦਿੱਤੇ ਆ ਹਰ ਏਜ ਗਰੁੱਪ ਨੂੰ ਕਵਰ ਕੀਤਾ ਆ ਹਰ ਸੈਕਟਰ ਨੂੰ ਕਵਰ ਕੀਤਾ ਸੋ ਲੋਕਾਂ ਦਾ ਕੀ ਰਿਸਪੌਂਸ ਹੁੰਦਾ ਆ ਜੀ ਮੈਂ ਉਹੀ ਕਹਿਣਾ ਚਾਹੂੰਗੀ ਮੈਂ ਡੋਰ ਨੋਕਿੰਗ 2 ਮਹੀਨੇ ਤੋਂ ਜਦ ਦੇ ਥੋੜੇ ਰਿਸਟ੍ਰਿਕਸ਼ਨਸ ਈਜ਼ ਹੋਏ ਨੇ ਉਹ ਤੋਂ ਬਾਅਦ ਅਸੀਂ ਕਮਿਊਨਿਟੀ 'ਚ ਯੂ ਨੋ ਫੇਸ ਟੂ ਫੇਸ ਲੋਕਾਂ ਨੂੰ ਮਿਲਦਾ ਸੱਚੀ ਮੌਕਾ ਮਿਲਿਆ ਬਹੁਤ ਚੰਗਾ ਲੱਗਦਾ ਹੈਗਾ ਆ ਇੱਥੇ ਲੋਕੀ ਬਹੁਤ ਹੀ ਧੰਨਵਾਦੀ ਨੇ ਸਰਕਾਰ ਦੇ ਆਪਾਂ ਹੋਰ ਦੇਸ਼ਾਂ 'ਚ ਵੀ ਦੇਖਿਆ ਹੈਗਾ ਆ ਜਿੱਥੇ ਕਿ ਲੋਕਾਂ ਕੋਲ ਹੁਣ ਰਹਿਣ ਨੂੰ ਜਗ੍ਹਾ ਨਹੀਂ ਹੈਗੀ ਲੋਕਾਂ ਕੋਲ ਖਾਣ ਨੂੰ ਖਾਣਾ ਨਹੀਂ ਹੈਗਾ ਆ ਵੈਕਸੀਨਸ ਲੋਕਾਂ ਨੂੰ ਪਤਾ ਨਹੀਂ ਕਿੰਨੇ ਕਿੰਨੇ ਪੈਸੇ ਦੇ ਕੇ ਉਹਨਾਂ ਨੂੰ ਵੈਕਸੀਨ ਲੱਗਦੀ ਹੈਗੀ ਆ ਪਹਿਲਾਂ ਤਾਂ ਐਕਸੈਸ ਹੀ ਨਹੀਂ ਹੈਗਾ ਵੈਕਸੀਨ ਦਾ ਲੋਕਾਂ ਨੇ ਬਹੁਤ ਧੰਨਵਾਦ ਕੀਤਾ ਹੈਗਾ ਕਿ ਲਿਬਰਲ ਸਰਕਾਰ ਨੇ ਇੰਨਾ ਕੰਮ ਕੀਤਾ ਸਪੈਸ਼ਲੀ ਜਦ ਕਿ ਪਤਾ ਨਹੀਂ ਸੀਗਾ ਕਿ ਪੈਂਡੈਮਿਕ ਦਾ ਕੀ ਹੋਣਾ ਹੈਗਾ ਆ ਨਾ ਹੀ ਸਿਰਫ ਆਪਾਂ ਹੈਲਥ ਕ੍ਰਾਈਸਿਸ ਨੂੰ ਡੀਲ ਕੀਤਾ ਇੰਨੀਆਂ ਵੈਕਸੀਨਸ ਲੈ ਕੇ ਆਉਣੀਆਂ ਦੋ ਜਿਹੜਾ ਸਾਡਾ 2 ਮਹੀਨੇ ਪਹਿਲਾਂ ਈਵਨ ਜਿਹੜਾ ਸਾਡਾ ਆਈ ਥਿੰਕ ਦੈਟਸ ਸਪੀਕਸ ਫੋਰ ਇਟਸੈਲਫ ਦਾ ਰੈਕਡ ਰਾਈਟ ਸਭ ਤੋਂ ਵਰਲਡ ਦੇ ਅੰਦਰ ਹੁਣ ਅਸੀਂ ਟਾਪ ਵੈਕਸੀਨੇਟਡ ਕੰਟਰੀਜ਼ ਹੈਗੀਆਂ ਨੇ ਆਲਸੋ ਜਿਵੇਂ ਇਕਨੋਮਿਕ ਜੇ ਤੁਸੀਂ ਲੋਕਾਂ ਨੂੰ ਪੈਸੇ ਦਿਓਗੇ ਉਹੀ ਬੰਦਾ ਪੈਸੇ ਸਪੈਂਡ ਕਰੂਗਾ ਔਰ ਐਟ ਦੈਟ ਟਾਈਮ ਜਦ ਇੰਨੀ ਅਨਸਰਟਨਟੀ ਸੀਗੀ ਲਿਬਰਲ ਸਰਕਾਰ ਨੇ ਆਪਣੇ ਬਜ਼ੁਰਗਾਂ ਤੋਂ ਲੈ ਕੇ ਜਿਵੇਂ ਯੂ ਨੋ ਵਰਕਰਸ ਨੂੰ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਹੈਗਾ ਸਾਰਿਆਂ ਨੂੰ ਕਵਰ ਕਰਕੇ ਉਹਨਾਂ ਨੂੰ ਸਪੋਰਟ ਕੀਤਾ ਹੈਗਾ ਆ
ਐਂਡ ਵਿਲ ਆਲਵੇਸ ਹੈਵ ਯੂ ਬੈਕ ਆਪਾਂ ਨੂੰ ਪਤਾ ਹੈ ਟੂ ਮੂਵ ਫੋਰਵਰਡ ਆਪਾਂ ਨੂੰ ਹੋਰ ਵੀ ਬੋਲਡ ਪਲਾਨ ਚਾਹੀਦਾ ਹੈਗਾ ਕੈਨੇਡਾ ਦਾ ਐਂਡ ਦੈਟਸ ਐਗਜ਼ੈਕਟਲੀ ਵਾਟ ਵੀ ਆਰ ਗੋਇੰਗ ਟੂ ਡੂ ਬ੍ਰੈਂਪਟਨ ਵੈਸਟ ਦੀਆਂ ਸਮੱਸਿਆਵਾਂ ਨੂੰ ਤੁਸੀਂ ਅੱਗੇ ਕਿਵੇਂ ਆਵਾਜ਼ ਬੁਲੰਦ ਕਰੋਗੇ ਜੇਕਰ ਤੁਹਾਡੀ ਸਰਕਾਰ ਬਣਦੀ ਹੈ ਤਾਂ ਜੀ ਬਿਲਕੁਲ ਜਿਵੇਂ ਮੈਂ ਪਹਿਲਾਂ ਤਾਂ ਕਹਿਣਾ ਚਾਹੂੰਗੀ ਕਿ ਸਾਰੇ ਹੀ ਮੇਰੇ ਕੰਸਟੀਚੂਐਂਟਸ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਸੀਂ ਮੈਨੂੰ 6 ਸਾਲ ਮੌਕਾ ਦਿੱਤਾ ਹੈਗਾ ਤੁਹਾਨੂੰ ਸਰਵ ਕਰਨ ਦਾ ਇਟ ਇਜ਼ ਸਮਥਿੰਗ ਦੈਟ ਆਈ ਐਮ ਸੋ ਪ੍ਰਾਊਡ ਆਫ ਐਂਡ ਇਟਸ ਅ ਪ੍ਰਿਵਿਲੇਜ ਐਂਡ ਐਨ ਆਨਰ ਐਵਰੀ ਸਿੰਗਲ ਡੇ ਅਸੀਂ ਇਕੱਠੇ ਬਹੁਤ ਕੁਝ ਅਕੰਪਲਿਸ਼ ਕੀਤਾ ਹੈਗਾ ਮੈਂ ਥੋੜ੍ਹੀਆਂ ਗੱਲਾਂ ਜ਼ਰੂਰ ਦੱਸੀਆਂ ਸੀਗੀਆਂ ਹਾਊਸਿੰਗ ਅਫੋਰਡੇਬਿਲਿਟੀ ਦੀ ਅਫੋਰਡੇਬਲ ਹਾਊਸਿੰਗ ਦੇ ਅੰਦਰ ਅਸੀਂ ਕਿੰਨਾ ਕੰਮ ਕੀਤਾ ਹੈਲਥ ਕੇਅਰ ਦੇ ਅੰਦਰ ਕਿੰਨਾ ਕੰਮ ਕੀਤਾ But we also brought in the largest public transit investment in Brampton ji assi panjo MPs ne bahut hard work karke eh leke aayi investment naal hi naal jehdi ki you know climate change is a big issue jehde maine constituents dasde hegya assi $1.2 million invest kita to plant 10,000 trees in Brampton assi jehdi ki electric buses leke aayi Brampton then there $400 million sab to largest investment reh chuki hai jehdi ki in the next few years will change Brampton transit and make it completely electric je tusi bovair te sandalwood te blue electric buses dekhiyan honiyan oh thodi liberal sarkar di den hegi hai and we're going to make sure assi pure Brampton nu green kar diye because that's the future and that's something that we hear from our community ਸੋ ਜਿੰਨਾ ਅਸੀਂ ਤੁਹਾਨੂੰ ਸਪੋਰਟ ਕੀਤਾ ਹੈਗਾ ਮੈਂ ਆਸ ਕਰਦੀ ਹੈਗੀ ਆ ਤੁਸੀਂ ਫਿਰ ਸਾਨੂੰ ਸਪੋਰਟ ਕਰਦੇ ਰਹੋ ਤੇ ਸਪਟੈਂਬਰ 20th ਨੂੰ ਵੋਟ ਪਾਣਾ ਲਿਬਰਲ ਸਰਕਾਰ ਨੂੰ ਨਾ ਭੁੱਲਿਓ ਥੈਂਕ ਯੂ ਸੋ ਮਚ ਕਮਲ ਤੁਸੀਂ ਸਾਨੂੰ ਟਾਈਮ ਦਿੱਤਾ ਤੇ ਉਮੀਦ ਕਰਦੀ ਆ ਦਰਸ਼ਕਾਂ ਨੇ ਵੀ ਹੁਣ ਤੱਕ ਮਨ ਬਣਾ ਲਿਆ ਹੋਣਾ ਆ ਸੋ ਥੈਂਕ ਯੂ ਸੋ ਮਚ ਸਾਨੂੰ ਟਾਈਮ ਦੇਣ ਲਈ ਥੈਂਕ ਯੂ ਸੋ ਮਚ ਸਰਨ ਤੇ ਇੱਕ ਵਾਰ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੋ ਦੋਸਤੋ ਇਹ ਸਾਡਾ ਪ੍ਰੋਗਰਾਮ ਖਾਸ ਮੁਲਾਕਾਤ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਵਾਲ ਜਵਾਬ ਦਾ ਸਿਲਸਿਲਾ ਪਸੰਦ ਆਇਆ ਹੋਵੇਗਾ ਦੇਖਦੇ ਰਹੋ ਹਮਦਰਦ ਟੀਵੀ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ